ਜਿਹੜੇ ਜਰਨੈਲ ਸਿੰਘ ਆ, ਦੂਜੇ ਕਪੂਰ ਸਿੰਘ ਅਤੇ ਹਜੂਰ ਸਿੰਘ, ਇਹਨਾਂ ਦੀ ਔਲਾਦ ਬੁੱਢਣਪੁਰ ਬੈਠੀ ਹੈ, ਸਿਰਫ ਦੋਵੇਂ ਭਰਾ ਜੀ। ਇਹ ਜਿਹੜੇ ਇਹਨਾਂ ਕੁਝ ਦਾਨੀਪੁਰ ਬੈਠੇ ਨੇ, ਤਹਿਸੀਲ ਸਮਾਣੇ ਦੇ ਵਿੱਚ ਦਾਨੀਪੁਰ ਪਿੰਡ ਹੈ। ਹਾਕਮ ਸਿੰਘ ਜੀ ਦਾ ਮੈਂ ਨਾਂ ਤੁਹਾਨੂੰ ਦੱਸਿਆ, ਦਾਨੀਪੁਰ ਬੈਠੇ ਨੇ। ਹਾਂਜੀ, ਦਾਨੀਪੁਰ ਬੈਠੇ ਨੇ। ਹਾਂਜੀ, ਮੈਂ ਤੁਹਾਨੂੰ ਦੱਸਣਾ ਨਾ, 2006 'ਚ ਆਏ ਨੇ ਨਾ ਇਹ, ਫਿਰ 2007 'ਚ ਆਇਆ ਕਪੂਰ ਸਿੰਘ ਅਤੇ ਹਜੂਰ ਸਿੰਘ ਅਤੇ ਦੋ ਉਹਨਾਂ ਦੇ ਪੋਤਰੇ ਹਰਪਾਲ ਸਿੰਘ ਅਤੇ ਦੂਸਰੇ ਦਾ ਕੀ ਨਾਂ ਸੀ, ਸੁਖਚੈਨ ਸਿੰਘ, ਦੋਵਾਂ ਦੇ ਪੋਤਰੇ ਨਾਲ ਆਇਆ ਸਨ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਹਵੇਲੀ ਰੂਪ ਸਿੰਘ ਦਾ ਉੱਥੇ ਰਕਬਾ ਹੁੰਦਾ ਸੀ, ਸ਼ਾਹ ਦੀ ਹਵੇਲੀ ਵੱਜਦੀ ਸੀ, ਉੱਥੇ ਵੀ ਖੂਹ ਸੀ, ਇੱਕ ਵੱਡਾ ਖੂਹ ਸੀ ਸਾਡੇ ਪਿੰਡ ਇਰਫਾਨ ਅਲੀ ਵੀਰ। ਡਬਲ 092-344-65-69-728 ਇਹ ਮੇਰੇ ਚਾਚਾ ਜੀ ਨੇ। ਠੀਕ ਹੋ ਗਿਆ ਜੀ, ਅਗਰ ਰਾਬਤਾ ਕਰਨਾ ਚਾਹੇਗਾ ਤੁਹਾਨੂੰ, ਹਾਂ ਕਰ ਲੈਣਾ, ਇਸ ਪਿੰਡ ਦਾ ਬੰਦਾ ਹਾਂਜੀ ਰਾਬਤਾ ਕਰੇਗਾ। ਠੀਕ ਹੋ ਗਿਆ। ਇੱਕ ਬੱਚਾ ਮੈਨੂੰ ਯਾਦ ਹੈ, ਮੈਂ ਤੁਹਾਨੂੰ ਦੱਸਿਆ ਨਾ, ਮੈਂ ਜ਼ਿਆਦਾਤਰ ਰਿਹਾ ਉੱਥੇ ਤੋਂ। ਜਰਨੈਲ ਸਿੰਘ ਉਹਦਾ ਨਾਂ ਸੀ, ਜੀਤੂ ਜੀਤੂ ਆਉਂਦੇ ਹੋਏ ਨੂੰ ਜੀਤੂ, ਹਾਂ ਮੇਥੋਂ ਗੱਡਾ ਖੋ ਕੇ ਲੈ ਗਏ, ਬਾਹਲਾ ਗੱਡਾ ਖੇਡਦੇ ਨਾ, ਖੇਡਦੇ ਹੁੰਦੇ ਹੁਣ, ਅਤੇ ਉਹ ਮੇਥੋਂ ਗੱਡਾ ਖੋ ਕੇ ਲੈ ਗਿਆ ਸੀ। ਜਰਨੈਲ ਸਿੰਘ ਉਹਦਾ ਨਾਂ ਸੀ ਅਤੇ ਬਚਪਨ ਜੀਤੂ ਜੀਤੂ ਆਉਂਦੇ ਸੀ। ਹੈਂ, ਉਹ ਕਿਹਦਾ ਮੁੰਡਾ ਸੀ ਪਤਾ? ਮੰਗਲ ਸਿੰਘ ਦਾ। ਹੈ ਜੀ ਪੁਰਾਣਾ ਬੋਰਡ ਹੈ ਬਾਬਾ ਮੱਲਰ ਸ਼ਾਹ ਦੇ ਦਰਬਾਰ ਦੇ ਨਾਲ। ਇਹ ਸਾਹਮਣੇ ਦਰਬਾਰ ਹੈ ਬਾਬਾ ਮੱਲਰ ਸ਼ਾਹ ਦਾ, ਹਲੇ ਇਹਨੂੰ ਤਮੀਰ ਕਰਵਾ ਰਹੇ ਨੇ ਪਿੰਡ ਵਾਲੇ।
ਇਹ ਜਗ੍ਹਾ ਖਾਲੀ ਹੈ ਜੀ ਬਾਬਾ ਜੀ ਦਰਬਾਰ ਦੀ। ਜੀ ਬਾਬਾ ਮਲਹਰ ਸ਼ਾਹ ਦਰਬਾਰ ਦੀ ਸਾਹਮਣੇ ਬਾਬੇ ਦਾ ਦਰਬਾਰ ਹੈ ਜੀ। ਇਹ ਬਾਬੇ ਦਰਬਾਰ ਤੋਂ ਲਹਿੰਦੀ ਸਾਈਡ 'ਤੇ ਇਹ ਵਾਲੀ ਜਗ੍ਹਾ ਜਿਹੜਾ ਘਰ ਨਜ਼ਰ ਆ ਰਿਹਾ ਗੁਰਦੁਆਰੇ ਦੀ ਜਗ੍ਹਾ। ਇੱਥੇ ਉਸ ਟਾਈਮ 47 ਤੋਂ ਪਹਿਲੇ ਗੁਰਦੁਆਰਾ ਆਉਂਦਾ ਸੀ ਜੀ। ਜਿਹੜਾ ਬਣਿਆ ਡਿਜ਼ਾਇਨ ਹੈ ਪੁਰਾਣਾ ਜੀ 47 ਵੇਲੇ ਦਾ, ਲੇਕਿਨ ਅੰਦਰ ਵਾਲੀ ਜਗ੍ਹਾ ਜਿਹੜੀ ਹੈ ਉਹ ਸਾਰੀ ਉਹਨਾਂ ਨੇ ਨਵੀਂ ਤਮੀਰ ਹੋ ਗਈ ਹੈ। ਪਿੰਡ ਮੇਲੂ ਦੀ ਮਸਜਿਦ ਜੀ, ਸਾਹਮਣੇ ਪਿੰਡ ਮੇਲੂ ਨਜ਼ਰ ਆ ਰਿਹਾ ਸੀ। ਇਹ ਜੀ ਬਾਬਾ ਸੈਯਦ ਪਾਕ ਪਿੰਡੋਂ ਲਹਿੰਦੇ ਪਾਸੇ ਇਹਨਾਂ ਦਾ ਦਰਬਾਰ ਹੈ। ਅਸੀਂ ਬੜੇ ਪਹੁੰਚੇ ਹੋਏ ਬਜ਼ੁਰਗ ਸਨ। ਗੁਰਮੂਲਾ ਵਿਰਕਾ ਸਾਰੇ ਪੁਰਾਣੇ ਪਿੰਡ ਹੀ ਨੇ। ਸਾਰੇ ਪੁਰਾਣੇ ਪਿੰਡ ਨੇ। ਸਹੀ ਹੋ ਗਿਆ ਜੀ। ਅਸੀਂ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਪੁੱਛਣੀਆਂ ਜੀ, 47 ਵੇਲੇ ਦੀਆਂ, ਉਸ ਤੋਂ ਪਹਿਲੇ ਦੀਆਂ ਵੀ। ਹਾਂਜੀ। ਕਿ ਇੱਥੇ ਕਿਹੜੇ ਕਿਹੜੇ ਕੌਮਾਂ ਵਾਸ ਸੀ 47 ਵੇਲੇ ਤੋਂ ਪਹਿਲੇ? 47 ਤੋਂ ਪਹਿਲੇ ਇੱਥੇ ਅਸੀਂ ਵਿਰਕ ਬਰਾਦਰੀ ਦੋ ਘਰ ਸਾਂ, ਮੁਸਲਮਾਨ। ਸਹੀ। ਬਾਕੀ ਜਿਹੜਾ ਸਾਡਾ ਸਿੱਖ ਬਰਾਦਰੀ ਸੀ ਉਹ ਕਾਫੀ ਘਰ ਸਨ, ਤੇ ਬਾਕੀ ਹੋਰ ਇੱਥੇ ਕਮਿਆਰ, ਮੋਚੀ, ਤੇਲੀ, ਖੱਤਰੀ ਵੀ ਕੋਈ ਘਰ ਆਈ ਸਨ ਵਿੱਚ। ਦਰਮਿਆਨਾ ਜਿਹਾ ਸੀ, ਨਾ ਬਹੁਤਾ ਵੱਡਾ ਸੀ ਤੇ ਨਾ ਛੋਟਾ ਸੀ। ਹਾਕਮ ਸਿੰਘ ਹੁੰਦਾ ਸੀ, ਤੇ ਇਸ ਤਰ੍ਹਾਂ ਕੋਈ ਏਡੇ ਪੁਰਾਣੇ ਯਾਦ ਨੀ। ਉਦੋਂ ਉਮਰ ਥੋੜੀ ਸੀ ਤੇ ਮੈਂ ਕੁਝ ਆਪਣੇ ਨਾਨਕਿਆਂ ਤੇ ਰਹਿੰਦਾ ਹੁੰਦਾ ਹਾਂ, ਸ਼ੇਖਪੁਰ ਦੇ ਨਾਲ ਨਾਨਕੇ ਸਨ ਮੇਰੇ। ਕੰਗ ਚੁੰਬਰ ਉੱਥੇ ਰਹਿੰਦਾ ਸੀ, ਤੇ ਉਹ ਮੇਰੇ ਨਾ ਪਿੰਡ ਦੀ ਘਾਟੀ ਵਾਕਫੀ ਸੀ। ਨਹੀਂ ਕੋਈ ਸਕੂਲ ਨਹੀਂ, ਸਕੂਲ ਗੁਰਮੂਲੇ ਸੀ, ਪ੍ਰਾਇਮਰੀ ਸਕੂਲ। ਸਿੱਖਾਂ ਦਾ ਜਿਹੜਾ ਹੁੰਦਾ ਗੁਰਦੁਆਰਾ, ਹਾਂ ਗੁਰਦੁਆਰਾ ਆਈ ਸੀ ਤੇ ਕੱਚਾ ਸੀ।
ਰੂੜ ਸਿੰਘ ਦਾ ਇੱਥੇ ਸ਼ਾਹੂਕਾਰਾ ਸੁਣੀ ਦਾ ਸੀ ਪਰ ਰੂੜ ਸਿੰਘ ਸ਼ਾਹੂਕਾਰਾ ਕਰਦਾ ਹੈ ਤੁਹਾਡੇ ਨਾਲ ਉਦੋਂ ਬਚਪਨ ਦੇ ਵਿੱਚ ਸਿੱਖਾਂ ਦੇ ਬੱਚੇ ਖੇਡਦੇ ਸਨ ਇੱਕ ਬੱਚਾ ਮੈਨੂੰ ਯਾਦ ਹੈ ਮੈਂ ਤੈਨੂੰ ਦੱਸਿਆ ਨਾ ਮੈਂ ਜ਼ਿਆਦਾਤਰ ਰਿਹਾ ਉੱਥੇ ਨੂੰ ਜਰਨੈਲ ਸਿੰਘ ਉਹਦਾ ਨਾਂ ਸੀ ਜੀਤੂ ਜੀਤੂ ਆਉਂਦੇ ਸਨ ਉਹਨੂੰ ਹਾਂ ਮੇਥੋਂ ਗੱਡਾ ਖੋ ਕੇ ਲੈ ਗਏ ਬਾਲਾ ਗੱਡਾ ਖੇਡਦੇ ਨਾ ਖੇਡਦੇ ਹੁੰਦੇ ਸਨ ਉਹਨੂੰ ਅਤੇ ਉਹ ਮੇਥੋਂ ਗੱਡਾ ਖੋ ਕੇ ਲੈ ਗਿਆ ਸੀ ਜਰਨੈਲ ਸਿੰਘ ਉਹਦਾ ਨਾਂ ਸੀ ਅਤੇ ਬਚਪਨ ਉਹ ਜੀਤੂ ਜੀਤੂ ਆਉਂਦੇ ਸੀ ਮੰਗਲ ਸਿੰਘ ਦਾ ਕਿੰਨੇ ਭਾਈ ਸਨ ਮਸਜਿਦ ਦੀ ਛੋਟੀ ਜੀ ਪਿੰਡ ਦੋ ਤੇ ਅਸੀਂ ਘਰ ਸਾ ਆਪਣਾ ਮੁਸਲਮਾਨਾਂ ਦੇ ਬਾਕੀ ਪੰਜ ਸੱਤ ਜਿਹੜੇ ਦਸ ਕਮੀਆਂ ਦੇ ਬੜਾ ਸੋਹਣਾ ਬੜਾ ਚੰਗਾ ਬਿਲਕੁਲ ਆਉਂਦੇ ਜਾਂਦੇ ਸੀ ਤੇ ਰੋਟੀ ਵੀ ਥੋੜੀ ਮੁਨਾਫਤ ਹੁੰਦੀ ਸੀ ਉਹ ਅੱਡੋ ਅੱਡ ਪਕਾ ਲੈਂਦੇ ਸੀ ਹਾਂਜੀ ਹਾਂਜੀ ਆਹ ਮੁਸਲਮਾਨ ਜੀ ਪਕਾ ਦਿਓ ਆਹ ਸਿੱਖ ਬਰਾਦਰੀ ਜੀ ਪਕਾ ਦਿਓ ਵਿਆਹਾਂ ਸ਼ਾਦੀਆਂ ਤੇ ਉਦੋਂ ਹਲਵਾ ਚੱਲਦਾ ਸੀ ਗੋਸ਼ਤ ਚੱਲਦਾ ਸੀ ਰੋਟੀਆਂ ਨਾਲ ਉਹ ਜ਼ਮੀਨ ਇੱਥੇ ਮੇਰਾ ਖਿਆਲ ਮੰਗਲ ਸਿੰਘ ਦੀ ਜ਼ਮੀਨ ਜ਼ਿਆਦਾ ਸੀ ਤੇ ਰੂੜ ਸਿੰਘ ਫਿਰ ਮਗਰੋਂ ਕੋਈ ਮੁੱਲ ਲਈ ਸੀ ਪਤਾ ਨਹੀਂ ਫਿਰ ਉਹਦੀ ਵੱਧ ਗਈ ਹੋਵੇ ਜਾਂ ਕਿਵੇਂ ਕੋਈ ਮਗਰੋਂ ਇੱਥੋਂ ਮੁੱਲ ਲਈ ਸੀ ਅਸੂ ਤੇ ਉਹ ਆਦਮੀ ਗਈ ਨਹੀਂ ਉੱਥੇ ਰਜਿਸਟਰੀ ਹੋਈ ਸੀ ਇੰਤਕਾਲ ਨਹੀਂ ਸੀ ਹੋਇਆ ਫਿਰ ਜਾਣੀ ਤੇ ਉਹ ਸੀ ਨਾ ਜਿਹੜਾ ਇੰਤਕਾਲ ਹੁੰਦਾ ਉਹਨਾਂ ਨੂੰ ਨਹੀਂ ਗਈ ਘਰ ਕੱਚੇ ਸੀ ਕਿ ਪੱਕੇ ਸੀ ਪਿੰਡ ਦੇ ਵਿੱਚ ਕੋਈ ਤਕਰੀਬਨ ਬਹੁਤੇ ਕੱਚੇ ਸੀ ਥੋੜੇ ਪੱਕੇ ਸੀ ਅਜੇ ਰੂੜ ਸਿੰਘ ਦਾ ਘਰ ਪੱਕਾ ਸੀ ਮੰਗਲ ਸਿੰਘ ਦਾ ਪੱਕਾ ਸੀ ਹਾਕਮ ਸਿੰਘ ਦਾ ਪੱਕਾ ਸੀ ਉਜਾਗਰ ਵੀ ਉੱਧਰ ਪੱਕਾ ਪਾਇਆ ਸੀ ਹੋਰ ਕਈ ਘਰ ਤਿਆਰੀਆਂ ਕਰਦੇ ਹਨ ਪਏ ਤੇ ਫਿਰ ਉਹ ਜਦੋਂ ਹੋ ਗਈ ਅੱਛਾ ਦੱਸੋ ਜੀ ਜਦੋਂ ਸੰਤਾਲੀ ਦੀ ਵੰਡ ਹੋ ਗਈ ਹਾਂਜੀ ਇੱਥੇ ਜਿਹੜੇ ਤੁਹਾਡੀ ਬਰਾਦਰੀ ਦੇ ਸਿੱਖ ਬੈਠੇ ਸੀ ਰੌਲਾ ਤੇ ਮੁੰਡੇ ਜਦੋਂ ਆਪਣਾ ਉਧਰੋਂ ਦੀ ਵੰਡ ਹੋਈ ਹਾਂਜੀ ਸਾਨੂੰ 47 ਚ ਤੇ ਉਹ ਮੁੰਡੇ ਹੋ ਗਿਆ ਰੌਲਾ ਪੈਂਦਾ ਜੀ ਸਿੱਖ ਉਧਰ ਤੁਰ ਜਾਣੇ ਨੇ ਮੁਸਲਮਾਨ ਇੱਧਰ ਆ ਜਾਣੇ ਨੇ ਤੋ ਰੌਲਾ ਫਿਰ ਉਹਦੇ ਪੈ ਗਿਆ ਨਾ ਤੇ ਉਸ ਤੋਂ ਬਾਅਦ ਸਾਡਾ ਵਾਹਵਾ ਸੀ ਉਹਨਾਂ ਨੇ ਬੜੀ ਖੁਸ਼ੀ ਨਾਲ ਅਲਵਿਦਾ ਕੀਤਾ ਪੱਲਾ ਪਾਇਆ ਸਮਾਨ ਆਪਣਾ ਲੈ ਕੇ ਗਏ ਹਾਂ ਕੁਝ ਲੈ ਗਏ ਕੁਝ ਰਹਿ ਗਿਆ ਕੁਝ ਜਿਹੜਾ ਚੰਗਾ ਨਿਕਲ ਨਿਕਲ ਅੱਜ ਨਾਲ ਗਏ ਨੇ ਕਿ ਪੈਦਲ ਹੀ ਉਹਨਾਂ ਨੂੰ ਛੱਡ ਗਏ ਇੱਥੋਂ ਅਸੀਂ ਤੇ ਪੈਦਲ ਛੱਡ ਕੇ ਆਏ ਹਾਂ ਕਿਹੜੀ ਜਗ੍ਹਾ ਛੱਡ ਗਏ ਅਸੀਂ ਆਸ਼ਰਮ ਤੇ ਟੱਡੇ ਦਾ ਰਕਬਾ ਆ ਪਰ ਕਾਸਮਪੁਰ ਦੇ ਨਾਲ ਹਾਂਜੀ ਉੱਥੇ ਛੱਡ ਕੇ ਆਏ ਸਾਂ ਤੇ ਉਹਦੂ ਅੱਗੇ ਮੁੰਡਾਉਣਾ ਦਾ ਅੱਲਾ ਬੇਤ ਜਾਣੇ ਫਿਰ ਕਿਵੇਂ ਕਿਵੇਂ ਸਾਰੇ ਸਿੱਖ ਇਕੱਠੇ ਨਿਕਲੇ ਨੇ ਰਾਤ ਨੂੰ ਨਿਕਲੇ ਕਿ ਦਿਨੇ ਕੱਢੇ ਨੇ ਛਾ ਦਿਨੇ ਕੱਢੇ ਨੇ ਹਾਂ ਉਹਨਾਂ ਨੂੰ ਥੋੜਾ ਜਿਹਾ ਖਤਰਾ ਸੀ ਕਾਸਮਪੁਰ ਦਾ ਕਾਸਮਪੁਰ ਕੀ ਕੋਈ ਜੱਥਾ ਜੁੱਥਾ ਪਿਆ ਸੀ ਉਹ ਕੁਝ ਉਹਨਾਂ ਦੀ ਮੁਖਾਲਫਤ ਕਰਦੇ ਸਨ ਕਿਨਾਂ ਨੇ ਜੀ ਕਾਸਮਪੁਰਾ ਸਿੱਖ ਮਾਰ ਦਿੱਤੇ ਹਾਂ ਉਹ ਜਿਹਨਾਂ ਦੀ ਵਿਦਿਆ ਕਰਕੇ ਪੀਆਂ ਆ ਗਏ ਤੇ ਉਹ ਅੱਗੋ ਜਾ ਕੇ ਪੈ ਗਏ ਨੇ ਉਹਨਾਂ ਫਿਰ ਇੱਕ ਦੋ ਬੰਦੇ ਵੀ ਨੁਕਸਾਨ ਨੇ ਅਸੋ ਤੇ ਮਾਰੇ ਨੇ ਹਾਂਜੀ ਹਾਕਮ ਸਿੰਘ ਦਾ ਪੁੱਤਰ ਤੇ ਲੋਕਾਂ ਮਾਰਿਆ ਸੀ ਉਹਨਾਂ ਦੋ ਦੇ ਸਾਰੇ ਤੇ ਉਹਨਾਂ ਨੁਕਸਾਨ ਕੀਤਾ ਕਾਸਮਪੁਰ ਦੇ ਖਰਲੇ ਮੁਸਲਮਾਨ ਸਨ ਮੁਸਲਮਾਨ ਸਨ ਚੌਂਦੇ ਮਾਰੇ
ਫਿਰ ਉਹ ਦੁਬਾਰਾ ਵਾਪਸ ਆ ਗਿਆ ਨਾ, ਫਿਰ ਵਾਪਸ ਆ ਗਿਆ, ਫਿਰ ਸਾਡੇ ਬਜ਼ੁਰਗ ਛੱਡ ਕੇ ਆਏ ਉਹਨਾਂ ਨੂੰ ਥੋੜੇ ਸਨ ਵੱਡੇ ਦੋ ਪਿੰਡ ਜ਼ਿਆਦਾਤਰ ਕੜਿਆਲ ਅੱਗੇ ਆ ਗਏ ਹੈ ਜ਼ਿਆਦਾਤਰ ਭਗਵਾਨ ਹੀ ਸਨ ਬ੍ਰਾਹਮਣ ਉਹ ਖੁੱਲਦਾ ਹੁੰਦਾ ਸੀ ਮੇਲਾ ਮੇਲਾ ਬਾਮਣ ਗਰਦਾਰੀ ਦੋ ਭਰਾ ਸਨ ਇੱਕ ਤੇ ਬਾਗੜੀਆਂ ਵਾਲਾ ਸਾਡਾ ਡੇਰਾ ਸੀ ਬੜਾ ਮਸ਼ਹੂਰ ਮਰੂਫ ਸੀ ਹਾਂਜੀ ਫਿਰ ਇੱਕ ਇਹਨਾਂ ਦਾ ਡੇਰਾ ਆ ਵੱਜਦਾ ਸੀ ਇਹਨੂੰ ਦੰਦ ਖੂਹਾਂ ਦੇ ਹੁੰਦੇ ਸਨ ਇਹਨਾਂ ਅਰਫਾਨ ਕਿਹਾ ਹਾਂਜੀ ਫਿਰ ਇੱਕ ਉਧਰ ਵੱਡਾ ਖੂਹ ਹੁੰਦਾ ਸੀ ਉਹ ਕਿਹਦਾ ਕਪੂਰ ਸਿੰਘ ਦਾ ਕਿਹਦਾ ਸੀ ਉਹ ਹਵੇਲੀ ਵਾਲੇ ਵੱਡੇ ਹਵੇਲੀ ਵਾਲੀ ਹਵੇਲੀ ਵੱਜਦੀ ਸੀ ਸ਼ਾਹ ਦੀ ਹਵੇਲੀ ਰੂਟ ਸਿੰਘ ਦਾ ਉੱਥੇ ਰਕਬਾ ਹੁੰਦਾ ਸੀ ਸ਼ਾਹ ਦੀ ਹਵੇਲੀ ਵੱਜਦੀ ਸੀ ਉੱਥੇ ਵੀ ਖੂਹ ਸੀ ਇੱਕ ਵੱਡਾ ਖੂਹ ਸੀ ਸਾਡੇ ਪਿੰਡ ਸਾਡੇ ਜ਼ਿਮੀਦਾਰ ਜਿਹੜਾ ਤਬਕਾ ਸੀ ਨਾ ਕੁਛ ਸਿੱਖਾਂ ਦੇ ਹਿੱਸਣ ਵਿੱਚ ਵੇਦੀਆਂ ਦੂਜੇ ਅਸੀਂ ਸਾਰੇ ਬਾਹਰ ਡੇਰਿਆਂ ਤੇ ਦਿੰਦੇ ਹਾਂ ਹਲੇ ਵੀ ਕਪੂਰ ਸਿੰਘ ਵਾਲਾ ਡੇਰਾ ਵੱਜਦਾ ਤੇ ਪਿੰਡ ਦੇ ਵਿੱਚ ਵੀ ਖੂਹ ਹੈ ਸਨ ਪਾਣੀ ਪੂਣੀ ਵਾਸਤੇ ਪਿੰਡ ਦੇ ਵਿੱਚ ਖੂਹ ਸਨ ਸਾਡੀ ਮਸਜਿਦ ਦੇ ਨਾਲ ਬੜਾ ਵੱਡਾ ਖੂਹ ਸੀ ਜਿੱਥੇ ਹੁੰਦਾ ਸੀ ਇੱਕ ਹੋਰ ਛੋਟੀਆਂ ਛੋਟੀਆਂ ਇੱਕ ਉਹ ਮੱਲਣ ਸ਼ਾਹ ਖੂਹ ਹੁੰਦਾ ਸੀ ਦਰਬਾਰ 'ਚ ਹੋਰ ਲੋਕਾਂ ਘਰਾਂ 'ਚ ਵੀ ਕੋਈ ਅਮੂਮਨ ਕੋਈ ਛੋਟੀਆਂ ਬਣਾਈਆਂ ਜਗ੍ਹਾ ਤੂੰ ਘਰ ਤੇ ਹੈ ਘਰ ਬਣਾਇਆ ਉੱਥੇ ਘਰ ਬਣਿਆ ਮਸਜਿਦ ਪੁਰਾਣੀ ਹੈਗੀ ਮਸਜਿਦ ਵੀ ਹੁਣ ਪੱਕੀ ਹੋ ਗਈ ਵੱਡੀ ਹਾਂ ਜਗ੍ਹਾ ਉਸੇ ਜਗ੍ਹਾ ਤੇ ਮਸਜਿਦ ਤੇ ਹੁਣ ਵੱਡੀ ਕਰ ਲਈ ਉਹ ਛੋਟੀ ਸੀ ਛੋਟੀ ਕੱਚੀ ਸੀ ਨਾ ਉਹਨੂੰ ਕੱਚੀਆਂ ਆਈਟਾਂ ਨਹੀਂ ਤੇ ਹੁਣ ਵੱਡੀ ਕਰ ਦਿੱਤੀ ਹੁਣ ਵੱਡੀ ਹੋ ਗਈ ਮਸਜਿਦ ਦੇ ਵਿੱਚ ਵੀ ਖੂਹ ਇਹ ਜਿਹੜਾ ਖੂਹ ਸੀ ਨਾ ਸਾਡੇ ਕੋਲ ਇੱਥੇ ਹਾਂਜੀ ਇੱਥੇ ਅਸੀਂ ਇਕੱਠੇ ਪਾਣੀ ਸਿੱਖ ਤੇ ਅਸੀਂ ਲੈਂਦੇ ਸਾਂ ਇੱਕੋ ਖੂਹ ਤੋਂ ਆਪੋ ਆਪਣੇ ਬੋਕੇ ਰੱਖੇ ਸਾਂ ਇੱਕ ਪਾਸੇ ਸਿੱਖ ਭਰਦੇ ਸਨ ਇੱਕ ਪਾਸੇ ਉਸੇ ਖੂਹ ਤੋਂ ਇੱਕੋ ਅੱਛਾ ਇੱਕੋ ਖੂਹ ਦੇ ਵਿੱਚ ਪਾਣੀ ਪਿੰਡ ਦੇ ਹਾਂਜੀ ਗਰਮੂਲੇ ਪ੍ਰਾਇਮਰੀ ਸਕੂਲ ਸੀ ਚੌਂ ਜਮਾਤਾਂ ਦਾ ਉਦੋਂ ਪ੍ਰਾਇਮਰੀ ਹੁੰਦਾ ਸੀ ਤੇ ਕੜਿਆਲ ਛਿਆਂ ਜਮਾਤਾਂ ਦਾ ਸਕੂਲ ਸੀ ਉਹਨੂੰ ਮਿਡਲ ਆਉਂਦੇ ਸਨ ਹਾਈ ਸਕੂਲ ਜੰਡਿਆਲੇ ਸੀ ਅੱਠਾਂ ਜਮਾਤਾਂ ਦਾ ਸਾਡਾ ਦਾਦਾ 8 ਜਮਾਤ ਪੜਿਆ ਸੀ ਅੱਛਾ 8 ਜਮਾਤ ਪੜਿਆ ਹਾਂਜੀ ਜੰਡਿਆਲੇ ਜਾ ਕੇ ਜੰਡਿਆਲੇ ਜਾਂਦੇ ਸੀ ਹਾਂਜੀ ਤੇ ਬੱਚਿਆਂ ਦਾ ਵੀ ਸਕੂਲ ਹੈ ਸੀ ਇੱਥੇ ਨਹੀਂ ਕੋਈ ਹੁਣ ਸਕੂਲ ਬਣਿਆ ਪਹਿਲੇ ਤਾਂ ਉਦੋਂ ਕੋਈ ਸਕੂਲ ਲੜਕੀਆਂ ਦਾ ਨਹੀਂ ਸੀ ਹੈ ਤੇ ਬੱਚਿਆਂ ਦਾ ਉਦੋਂ ਲੜਕੀਆਂ ਨੂੰ ਪੜਾਉਂਦੇ ਨਹੀਂ ਸੀ ਕੋਈ ਬਸ ਗਰਮੂਲੇ ਜਾਂਦੇ ਸਨ ਪੜਨ ਪੜਦੇ ਹੀ ਸਨ ਲੋ ਬੱਚਿਆਂ ਨੂੰ ਤਾਂ ਪੜਾਉਂਦੇ ਹੀ ਨਹੀਂ ਸਨ ਬੱਚਿਆਂ ਨੂੰ ਸੀ ਪੜਾਉਂਦੇ ਬੱਚਿਆਂ ਨੂੰ ਤਾਂ ਬਾਹਰ ਨਹੀਂ ਸਨ ਨਿਕਲਣ ਦਿੰਦੇ ਲੋ 47 ਤੋਂ ਬਾਅਦ ਜਦੋਂ ਇੱਥੋਂ ਚਲੇ ਗਏ ਸਿੱਖ ਹਾਂਜੀ ਉਸ ਤੋਂ ਬਾਅਦ ਕਦੀ ਰਾਬਤਾ ਹੋਇਆ ਆਪਣੇ ਰਿਸ਼ਤੇਦਾਰਾਂ ਨਾਲ ਹਾਂਜੀ ਹੋਇਆ ਰਾਬਤਾ ਕਿਹੜੇ ਕਿਹੜੇ ਸਨ ਤੁਹਾਡੇ ਰਿਸ਼ਤੇਦਾਰ ਉਹ ਆਪਣੇ ਘਰਾਂ ਦੇ ਨਾਂ ਦੱਸੋ ਸਾਡੇ ਜੀ ਜਿਹੜੇ ਸਾਡੇ ਕਰੀਬੀ ਸਿੱਖ ਸਨ ਨਾ ਹਾਂਜੀ ਉਹ ਸਨ ਲੰਬੜਦਾਰ ਸੀ ਇੱਥੇ ਹਾਂਜੀ ਕਪੂਰ ਸਿੰਘ ਉਹਦਾ ਨਾਂ ਸੀ ਸਹੀ ਸਹੀ ਹਜੂਰ ਸਿੰਘ ਕਪੂਰ ਸਿੰਘ ਤੇ ਹਜੂਰ ਸਿੰਘ ਦੋਵੇਂ ਭਰਾ ਸਨ ਸਕੇ ਸਾਡੇ ਘਰ ਦੇ ਨਾਲ ਉਹਨਾਂ ਦਾ ਘਰ ਸੀ ਤਕਰੀਬਨ 2006 ਚ ਆਏ ਨੇ 6 ਚ ਆਯਾ
ਫਿਰ ਉਹ ਆਇਆ 8-9 ਚ। ਕੌਣ ਆਇਆ ਸੀ? ਜਰਨੈਲ ਸਿੰਘ। ਅੱਛਾ। ਸਰਜੀਤ ਸਿੰਘ ਦੋਵੇਂ ਭਰਾ ਆਏ ਸਨ। ਅੱਛਾ ਅੱਛਾ ਅੱਛਾ। ਕਿੰਨੇ ਦਿਨ ਰਹੇ ਫਿਰ ਤੁਹਾਡੇ? ਇਹ ਸਾਡੇ ਕੋਲ ਕੋਈ 2 ਕੁ ਦਿਨ ਰਹੇ ਸਨ, ਕਿਉਂਕਿ ਵੀਜ਼ਾ ਉਹਨਾਂ ਦਾ 10 ਦਿਨ ਦਾ ਹੁੰਦਾ ਹੈ। ਹਾਂਜੀ। ਤੇ ਜਦੋਂ ਇੱਥੇ ਆਏ ਨੇ ਨਾ, ਉਹਨਾਂ ਦਾ ਵੱਡਾ ਇੱਕ ਗੁਰੂ ਸ਼ਹੀਦ ਹੋਇਆ ਹੈ ਸਿੱਖ ਲਾਹੌਰ, ਲਾਹੌਰ ਆਏ ਸਨ ਅਤੇ ਫਿਰ ਸਾਡੇ ਕੋਲ ਆਏ ਨੇ। ਉਸ ਤੋਂ ਬਾਅਦ ਫਿਰ ਉਹ ਆਇਆ ਜਦੋਂ ਜਨਮ ਦਿਨ, ਉਦੋਂ ਆਇਆ ਸਾਡੇ ਕੋਲ। ਉਦੋਂ ਫਿਰ ਆਪੇ ਹੀ ਆ ਗਿਆ ਸੀ, ਕੌਣ ਪਿੰਡ ਦਾ ਪਤਾ ਲੱਗ ਗਿਆ ਸੀ। ਅਤੇ ਪਹਿਲੀ ਵਾਰੀ ਅਸੀਂ ਤਾਂ 20-25 ਬੰਦੇ ਉਹਨਾਂ ਨੂੰ ਲੈਣ ਗਏ ਸਨ। ਕਿੱਥੋਂ ਲੈਣ ਗਏ ਸੀ? ਅਤੇ ਲਾਹੌਰੋਂ। ਲਾਹੌਰ ਗਏ ਸੀ ਤੁਸੀਂ? ਵਾਹਗਾ ਬਾਰਡਰ? ਨਹੀਂ ਨਹੀਂ, ਗੁਰਦੁਆਰੇ ਗਏ। ਗੁਰਦੁਆਰੇ ਜੰਡਿਆਲਿਓ ਆਏ ਆ, ਜੰਡਿਆਲਿਓ ਨਹਿਰ ਜਦੋਂ ਲੰਘੇ ਆ ਅਸੀਂ ਤੇ ਉਹਨਾਂ ਪਛਾਣ ਲਿਆ ਸੀ ਆ ਨਹਿਰ ਸਾਡੇ ਵਾਲੀ ਹੈ। ਅੱਛਾ ਜੀ। ਹਾਂਜੀ। ਉਹਨਾਂ ਫਿਰ ਸਾਰੇ ਆਪਣਾ ਰਕਬਾ ਵੇਖਿਆ, ਫਿਰ ਕੇ ਕਿਲਾ ਕਿਲਾ ਵੇਖਿਆ ਦੋਵਾਂ ਭਰਾਵਾਂ ਨੇ। ਸਰਜੀਤ ਸਿੰਘ ਦੀ ਜਦੋਂ ਗਏ ਨੇ ਉਦੋਂ ਉਮਰ 4 ਸਾਲ ਸੀ ਅਤੇ ਜਰਨੈਲ ਸਿੰਘ ਦੀ ਉਮਰ 18 ਸਾਲ ਸੀ ਜਦੋਂ ਗਿਆ। 18 ਸਾਲ? ਹਾਂਜੀ। ਹਲ ਛਲ ਆਉਂਦਾ ਮੈਂ ਵਾਹ ਲੈਂਦਾ ਸੀ। ਅੱਛਾ। ਉਹਨਾਂ ਨੇ ਫਿਰ ਕੀ ਗੱਲਾਂ ਦੱਸੀਆਂ ਕਿ ਪਿੰਡ ਦੇ ਵਿੱਚ ਕੀ ਕਰਦੇ ਸੀ? ਬਸ ਗੱਲਾਂ ਇਸ ਬਰਾਦਰੀ ਸਾਡੇ ਨਾਲ ਉਹਨਾਂ ਦਾ ਵਰਤਾਓ ਚੰਗਾ ਸੀ, ਅਗਰ ਸਾਡੇ ਨਾਲ ਵਰਤਾਓ ਉਹਨਾਂ ਦਾ ਮਾੜਾ ਸੀ ਕਰਦੇ ਤਾਂ ਸਾਨੂੰ ਮਿਲਣ ਨਾ ਆਉਂਦੇ। ਮਿਲਣ ਨਾ? ਹਾਂਜੀ। ਮੰਗਲ ਸਿੰਘ ਦੇ ਪੁੱਤਰ ਹੁਣ ਕਿਹੜੀ ਜਗ੍ਹਾ 'ਤੇ ਰਹਿੰਦੇ ਤੁਹਾਨੂੰ ਪਤਾ? ਉਹ ਰਹਿੰਦੇ ਨੇ ਤਹਿਸੀਲ ਸਮਾਣਾ। ਹਾਂਜੀ। ਪਿੰਡ ਉਹਨਾਂ ਦਾ ਹੈ, ਜ਼ਿਲ੍ਹਾ ਦੂਜਾ ਪਟਿਆਲਾ, ਤਹਿਸੀਲ ਸਮਾਣਾ, ਨਾਲ ਪਿੰਡ ਗੋਬਿੰਦਪੁਰਾ। ਗੋਬਿੰਦਪੁਰਾ? ਹਾਂਜੀ। ਆਪਣੇ ਸਮਾਣੇ ਦੇ ਨਾਲ ਹੀ ਉਹਨਾਂ ਆਪਣੀ ਜ਼ਮੀਨ 'ਚ ਮਕਾਨ ਬਣਾਏ ਨੇ। ਨਹੀਂ, ਇੱਥੇ ਮੁਖਤਲਿਫ ਪਿੰਡਾਂ 'ਚ ਬੈਠੇ ਨੇ ਜਿਹੜੇ ਦੂਸਰੇ ਨੇ ਨਾ, ਇਹ ਜਿਹੜੇ ਜਰਨੈਲ ਸਿੰਘ, ਦੂਜੇ ਕਪੂਰ ਸਿੰਘ ਅਤੇ ਹਜੂਰ ਸਿੰਘ, ਇਹਨਾਂ ਦੀ ਔਲਾਦ ਬੁੱਢਣਪੁਰ ਬੈਠੀ, ਸਿਰਫ ਦੋਵੇਂ ਭਰਾ ਹੀ। ਇਹ ਜਿਹੜੇ ਨਾ ਕੁਝ ਦਾਨੀਪੁਰ ਬੈਠੇ ਨੇ, ਤਹਿਸੀਲ ਸਮਾਣੇ ਦੇ ਵਿੱਚ ਦਾਨੀਪੁਰ ਪਿੰਡ ਹੈ। ਹਾਕਮ ਸਿੰਘ ਜੀ ਦਾ ਮੈਂ ਨਾਂ ਤੁਹਾਨੂੰ ਦੱਸਿਆ, ਦਾਨੀਪੁਰ ਬੈਠੇ ਨੇ। ਦਾਨੀਪੁਰ? ਹਾਂਜੀ, ਦਾਨੀਪੁਰ ਬੈਠੇ ਨੇ। ਹਾਂਜੀ, ਮੈਂ ਤੁਹਾਨੂੰ ਦੱਸਣਾ ਨਾ, 2006 'ਚ ਆਏ ਨੇ ਨਾ ਇਹ, ਫਿਰ 2007 'ਚ ਆਇਆ ਕਪੂਰ ਸਿੰਘ ਅਤੇ ਹਜੂਰ ਸਿੰਘ ਅਤੇ ਦੋ ਉਹਨਾਂ ਦੇ ਪੋਤਰੇ ਹਰਪਾਲ ਸਿੰਘ ਅਤੇ ਦੂਸਰੇ ਦਾ ਕੀ ਨਾਂ ਸੀ, ਸੁਖਚੈਨ ਸਿੰਘ, ਦੋਵਾਂ ਦੇ ਪੋਤਰੇ ਨਾਲ ਆਏ ਸਨ। ਉਸ ਤੋਂ ਬਾਅਦ ਫਿਰ 2010 'ਚ ਆਇਆ ਨਿਸ਼ਾਨ ਸਿੰਘ, ਕਪੂਰ ਸਿੰਘ ਦਾ ਵੱਡਾ ਪੁੱਤਰ, ਸਾਡੇ ਕੋਲ ਹੋ ਕੇ ਗਿਆ। ਹਾਂ। ਉਸ ਤੋਂ ਬਾਅਦ ਫਿਰ ਆਇਆ ਜਰਨੈਲ ਸਿੰਘ, ਦੁਬਾਰਾ ਆਇਆ ਫਿਰ। ਇਹਨਾਂ ਦੇ ਕਿਹੜੀ ਸਾਈਡ 'ਤੇ ਜ਼ਮੀਨਾਂ ਸਨ? ਇਹਦੀ ਜ਼ਮੀਨ ਜਿਹੜੀ ਜਰਨੈਲ ਸਿੰਘ ਦੀ, ਇਹ ਤਾਂ ਨਹਿਰੋਂ ਪਾਰ ਸੀ, ਜ਼ਿਆਦਾ ਰਕਬਾ ਗਰਮੂਲੇ ਵਾਲੀ ਸਾਈਡ। ਹਾਂਜੀ, ਗਰਮੂਲੇ ਵਾਲੀ ਸਾਈਡ 'ਤੇ 100 ਗਣ, ਜਿੱਥੇ ਆਪਣਾ ਡੇਰਾ ਨਹੀਂ ਸੀ ਬੌਲ ਖਾਂ ਦਾ ਇੱਧਰ, ਉਸ ਪਾਸੇ ਇਹਨਾਂ ਦੀ ਜ਼ਮੀਨ ਸੀ। ਅੱਛਾ, ਉੱਥੇ ਜ਼ਮੀਨ? ਹਾਂਜੀ, 6 ਮਰਬੇ ਰਕਬਾ ਸੀ ਇਹਨਾਂ ਦਾ। 6 ਮਰਬੇ? ਹਾਂਜੀ। ਇੱਕ ਇਹਨਾਂ ਦਾ ਮੰਗਲ ਸਿੰਘ ਦਾ ਭਤਰੀਆ ਸੀ, ਮੱਖਣ ਸਿੰਘ ਉਹਦਾ ਨਾਂ, ਸਾਨੂੰ ਤਾਂ ਨਾਂ ਹੀ ਸੁਣਿਆ, ਸਾਨੂੰ ਤਾਂ ਨਹੀਂ ਪਤਾ ਉਹਦੀ, ਉਹਨੇ ਕੁਝ ਵਿੱਚੋਂ ਵੇਚ ਛੜੀ ਸੀ ਜ਼ਮੀਨ, ਉਹਦੇ ਕੋਲ ਘੱਟ ਸੀ, ਇਹਨਾਂ ਕੋਲ 6 ਮਰਬੇ ਸੀ। ਸਹੀ ਇਹਨਾਂ ਦੇ ਮਜ਼ਾਰੇ ਹੁੰਦੇ ਸਨ, ਕੁਹਾੜ ਇੱਥੇ ਹੁੰਦੀ ਸੀ ਜ਼ਿਆਦਾ, ਇੱਕ ਜੱਟ ਕੁਹਾੜ ਸਨ, ਉਹ ਇਹਨਾਂ ਦੇ ਮਜ਼ਾਰੇ ਜ਼ਿਆਦਾਤਰ ਇਧਰ ਲਾਂਦੇ ਪਾਸੇ ਸਿੱਖ ਰਾਜ ਜਿਹੜੇ ਸੀ ਨਾ, ਕਪੂਰ ਸਿੰਘ ਦੀ ਜ਼ਮੀਨ ਸੀ, ਇਹ ਪਾੜਵੀ ਸੀ। ਅੱਛਾ। ਇਹ ਲਾਂਦੇ? ਹਾਂਜੀ, ਇੱਕ ਥਾਂ ਨਹੀਂ ਸੀ, ਇਹ ਨੰਬਰਦਾਰ ਸੀ ਕਪੂਰ ਸਿੰਘ ਇੱਥੇ ਉਸ ਦੌਰ 'ਚ ਵੀ, ਇਹ ਤਾਂ ਹੁਣ ਵੀ ਨੰਬਰਦਾਰ ਹੈ। ਅੱਛਾ, ਉੱਥੇ ਵੀ ਨੰਬਰਦਾਰ? ਉੱਥੇ ਵੀ ਨੰਬਰਦਾਰ ਹੈ। ਸਹੀ। ਅੱਛਾ, ਉਦੋਂ ਇਸ ਪਿੰਡ ਦਾ ਨੰਬਰਦਾਰ ਉਹ ਸੀ? ਹਾਂਜੀ, ਉਹ ਨੰਬਰਦਾਰ ਸੀ, ਦੋ ਨੰਬਰਦਾਰੀਆਂ ਸਨ ਸਾਡੇ ਪਿੰਡ, ਦੋ ਨੰਬਰ, ਦੂਸਰੇ ਨੰਬਰਦਾਰ ਉਹ ਹੋਰ ਸੀ, ਉਜਾਗਰ ਸਿੰਘ ਸੀ ਉਹਦਾ ਨਾਮ। ਅੱਛਾ ਅੱਛਾ, ਉਹਦਾ ਨਾਮ ਸੁਣਿਆ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਦਿਲ ਦੂਸਰਾ, ਉਸ ਤੋਂ ਬਾਅਦ ਹੁਣ ਤੁਹਾਡਾ ਰਾਬਤਾ ਹੋਇਆ ਉਹਨਾਂ ਦਾ ਫਿਰ ਦੁਬਾਰਾ 2007 ਤੋਂ ਬਾਅਦ? ਨਿਸ਼ਾਨ ਸਿੰਘ ਆਇਆ ਨਾ ਮਗਰੋਂ, ਫਿਰ ਨਿਸ਼ਾਨ ਸਿੰਘ। ਹਾਂਜੀ, ਫੋਨ ਤੇ ਮੇਰੇ ਕੋਲ ਨੰਬਰ ਹੈ ਉਹਨਾਂ ਦਾ। ਅੱਛਾ, ਕਿਹੜੇ ਲੜਕੇ ਨਾਲ? ਇਹ ਹਰਪਾਲ ਸਿੰਘ ਨਾਲ ਹੁੰਦਾ ਹੈ, ਗੋਗਾ ਛੋਟਾ ਉਹਦਾ, ਹਰਵਿੰਦਰ ਸਿੰਘ ਨਾਂ ਹੈ ਉਹਦੇ ਨਾਲ ਹੁੰਦਾ ਹੈ, ਨਿਸ਼ਾਨ ਸਿੰਘ ਨਾਲ ਹੁੰਦਾ, ਬਾਬੇ ਦੇ ਦੋਵੇਂ ਮਰ ਗਏ ਨੇ। ਅੱਛਾ, ਬਾਬਾ ਜੀ ਮਰ ਗਏ? ਹਾਂ। ਤੇ ਉਹ ਜਰਨੈਲ ਸਿੰਘ ਨਾਲ ਵੀ 1-2 ਵਾਰੀ ਹੋਇਆ, ਉਹ ਵੀ ਹੁਣ ਵਡੇਰਾ ਹੈ। ਸਹੀ ਸਹੀ। ਤੇ ਉਹ ਵੀ 80-90 ਸਾਲ ਦੀ ਹੈ ਨਹੀਂ ਜਿੰਦਾ ਉਹ। ਤੁਹਾਡੇ ਬਜ਼ੁਰਗਾਂ ਦਾ ਕੀ ਨਾਂ ਸੀ? ਮੇਰੇ ਵਾਲਦ ਦਾ ਨਾਂ ਤਾਲਿਆਮਨ ਸੀ। ਹਾਂਜੀ। ਦਾਦੇ ਦਾ ਨਾਂ ਕੁਤਬਦੀਨ ਸੀ, ਪੜਦਾਦੇ ਦਾ ਨਾਂ ਪੀਰਾਂ ਦਿੱਤਾ ਸੀ। ਸ਼ੁਰੂ ਤੋਂ ਹੀ ਐਸੇ ਪਿੰਡ? ਹਾਂ, ਅਸੀਂ ਲੋਕਲ ਇਸ ਪਿੰਡ ਦੇ ਰਹਿਣ ਵਾਲੇ। ਉਸ ਤੋਂ ਬਾਅਦ ਜਦੋਂ 47 ਦੀ ਵੰਡ ਹੋ ਗਈ, ਉਸ ਤੋਂ ਬਾਅਦ ਇੱਥੇ ਕਿਹੜੀ ਕਿਹੜੀ ਆਬਾਦੀ ਆ ਕੇ ਆਬਾਦ ਹੋਈ? ਇੱਥੇ ਰਾਜਪੂਤ ਕੌਮ ਅਤੇ ਡੋਗਰ ਕੌਮ ਆਏ। ਕਿੱਥੋਂ ਕਿੱਥੋਂ ਆਏ ਸੀ? ਇਹਨਾਂ ਦੇ ਕੋਈ ਅੰਮ੍ਰਿਤਸਰੋਂ ਹੀ ਆਏ ਨੇ, ਜ਼ਿਆਦਾ ਜ਼ਿਲ੍ਹਾ ਇਹਨਾਂ ਦਾ ਅੰਮ੍ਰਿਤਸਰ ਹੈ। ਪਿੰਡ ਪਿੱਛੇ ਇਹਨਾਂ ਦਾ ਮੰਝ,
ਬੜੇ ਸ਼ੌਕ ਨਾਲ ਸਾਡੇ ਨਾਲ ਰਲ ਕੇ ਬੜੇ ਸ਼ੌਕ ਨਾਲ ਕਰਾਉਂਦੇ ਹਨ। ਪਿੰਡੀ ਉਹਨਾਂ ਦਾ ਸੀ, ਅਸੀਂ ਦੋ ਘਰ ਸਾਂ ਤੇ ਉਹ ਹੀ ਕੰਮ ਕਰਾਉਂਦੇ ਹਨ ਜਿਹੜਾ ਕਰਾਉਂਦੇ ਹਨ। ਅੱਛਾ ਟਾਈਮ ਲੰਘਦਾ ਸੀ ਕੋਈ ਮਸਜਿਦ ਤੱਕ ਚ ਫੰਡ ਉਹ ਦਿੰਦੇ ਹਨ। ਅੱਛਾ ਜਦੋਂ ਮਸਜਿਦ ਵੀ ਬਣਾਣੀ ਹੈ ਤੇ ਉਹਨਾਂ ਪੈਸੇ ਦੇ ਕੇ ਜਾ ਵੀ ਦਿੰਦੇ ਹਨ। ਸਹੀ 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 ਆਪਸ ਵਿੱਚ ਬਹੁਤ ਪਿਆਰ ਸੀ, ਬਹੁਤ ਪਿਆਰ ਸੀ, ਪਿਆਰ ਸੀ। ਠੀਕ ਹੋ ਗਿਆ। ਉਹ ਜ਼ਿਆਦਾ ਬਰਾਦਰੀ ਸੀ। ਹਾਂਜੀ ਉਹ ਬਰਾਦਰੀ ਜ਼ਿਆਦਾ ਸੀ। ਹਾਂਜੀ ਉਹ ਆਪਸ ਵਿੱਚ ਕਿਰੇ ਖੈ ਬਖੈ ਕਰ ਲੈਂਦੇ ਹਨ। ਹਾਂਜੀ ਸਾਡਾ ਬੱਚਾ ਵੀ ਲਗਾ ਜਾਂਦਾ ਸੀ ਸਾਨੂੰ ਕਿ ਬਸ ਚੌਧਰੀ ਆ ਗਏ ਨੇ, ਚੌਧਰੀ ਆ ਗਏ ਸਾਨੂੰ। ਸਹੀ ਸਹੀ ਚੌਧਰੀ ਆ ਗਿਆ, ਚੌਧਰੀਆਂ ਦਾ ਬੱਚਾ ਆ ਗਿਆ, ਬਸ ਇੱਜ਼ਤ ਦਿੰਦੇ ਸੀ, ਇੱਜ਼ਤ ਦਿੰਦੇ ਸੀ। ਸਹੀ ਹੋ ਗਿਆ, ਠੀਕ ਹੋ ਗਿਆ ਜੀ ਬਜ਼ੁਰਗੋ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਹੋਰ ਕੋਈ ਖਿਦਮਤ ਨਹੀਂ ਜੀ, ਬਸ ਜੀ, ਬਹੁਤ ਮਿਹਰਬਾਨੀ।